ਅੰਮ੍ਰਿਤਸਰ ਦੇ ਵੇਰਕਾ ਵਿੱਚ ਵਿਆਹ ਦਾ ਝਾਸਾ ਦੇ ਕੇ ਲੜਕੀ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪੀੜਤਾ ਦਾ ਕਹਿਣਾ ਹੈ ਕਿ ਕੁਲਵਿੰਦਰ ਉਰਫ ਕਾਲਾ ਬਾਕਸਰ ਨਾਂ ਦਾ ਨੌਜਵਾਨ ਉਸ ਨੂੰ ਅਲੱਗ ਅਲੱਗ ਥਾਵਾਂ 'ਤੇ ਲਿਜਾ ਕੇ ਜਬਰ ਜਨਾਹ ਕਰਦਾ ਰਿਹਾ, ਪਰ ਜਦੋਂ ਉਸ ਨੂੰ ਵਿਆਹ ਕਰਵਾਉਣ ਬਾਰੇ ਕਿਹਾ ਤਾਂ ਉਹ ਮੁੱਕਰ ਗਿਆ। ਪੀੜਤ ਨੇ ਆਪਣੇ ਮਾਪਿਆਂ ਨਾਲ ਜਾ ਕੇ ਵਿਧਾਇਕ ਰਾਜ ਕੁਮਾਰ ਵੇਰਕਾ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ। ਇਸ ਮੌਕੇ 'ਤੇ ਡਾਕਟਰ ਰਾਜ ਕੁਮਾਰ ਵੇਰਕਾ ਨੇ ਇਸ ਬਾਰੇ ਜਾਂਚ ਦਾ ਭਰੋਸਾ ਦਿਵਾਇਆ ਹੈ। ਉਹਨਾਂ ਨੇ ਕਿਹਾ ਕਿ ਕੋਈ ਗੈਂਗਸਟਰ ਹੈ ਜਾਂ ਜਰਮ ਪੇਸ਼ਾ ਆਦਮੀ ਹੈ, ਉਹਨੇ ਗਲਤ ਰਿਲੇਸ਼ਨ ਬਣਾਏ ਔਰ ਦਬਾਅ ਹੇਠ ਆ ਕੇ ਇਹਨੂੰ ਪ੍ਰੈਸ਼ਰ ਕਰ ਰਿਹਾ ਕਿ ਕੋਈ ਪੁਲਿਸ ਕਾਰਵਾਈ ਨਾ ਹੋਵੇ। ਔਰ ਕਮਿਸ਼ਨਰ ਪੁਲਿਸ ਨੂੰ ਕੱਲ੍ਹ ਮੈਂ ਕਹਾਂਗਾ ਕਿ ਇੱਥੇ ਜਾਂਚ ਕਰਾਉਣ, ਉਹ ਜਿਹੜੀ ਵੀ ਕਾਰਵਾਈ ਬਣਦੀ ਹੈ ਉਹ ਕਰਨ, ਔਰ ਇਹ ਜਿਹੜੀ ਕਾਰਵਾਈ ਉਹ ਜ਼ਰੂਰ ਹੋਏਗੀ। ਉਸ ਜਾਣ ਤੋਂ ਬਗੈਰਾ ਰਾਜੀਨਾਮਾ ਦਾ ਦਬਾਅ, ਮੈਂ ਤੁਹਾਨੂੰ ਇਹ ਕਿਹਾ ਕਿ ਉਹ ਮੈਂ ਪੁਲਿਸ ਕਮਿਸ਼ਨਰ ਨੂੰ ਕਹਿ ਰਿਹਾ, ਉਹਦੀ ਇਨਕੁਆਇਰੀ ਇਹਨਾਂ ਨੇ ਕਿਹਾ ਚੇਂਜ ਕਰਵਾ ਦਿਓ, ਇਨਕੁਆਇਰੀ ਚੇਂਜ ਕਰਾ ਦਿਆਂਗੇ ਔਰ ਜਿਹੜਾ ਵੀ ਕੋਈ ਦੋਸ਼ੀ ਹੋਏਗਾ ਉਹਦੇ ਖਿਲਾਫ਼ ਕਾਰਵਾਈ ਹੋਏਗੀ। ਇਸ ਸੰਬੰਧ ਵਿੱਚ ADCP ਹਰਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਕਮਿਸ਼ਨਰ ਵੱਲੋਂ ਇੱਕ ਸ਼ਿਕਾਇਤ ਮਾਰਕ ਹੋ ਕੇ ਆਈ ਹੈ, ਜਿਸ ਦੀ ਜਾਂਚ ਪੜਤਾਲ ਕਰਨ ਦੇ ਬਾਅਦ ਪੁਲਿਸ ਕਮਿਸ਼ਨਰ ਨੂੰ ਭੇਜ ਦਿੱਤੀ ਹੈ। ਜੋ ਵੀ ਕਾਰਵਾਈ ਹੋਵੇਗੀ ਸੀਨੀਅਰ ਅਫਸਰ ਕਰਨਗੇ। ਇਹਦੇ ਸੰਬੰਧੀ ਇੱਕ, ਕਿਉਂਕਿ ਕੋਈ ਪੁਰਾਣਾ ਮੈਟਰ ਇਹਨਾਂ ਦਾ ਫੈਮਿਲੀ ਦਾ, ਉਹਦੇ ਸੰਬੰਧੀ ਇਸ 'ਚ ਕੰਪਲੇਂਟ ਆਈ ਸੀ CP ਸਾਹਿਬ ਵੱਲੋਂ ਮਾਰਕ ਹੋ ਕੇ, ਜਿਹਦੀ ਮੈਂ ਇਨਕੁਆਇਰੀ ਕਰਕੇ ਰਿਪੋਰਟ CP ਸਾਹਿਬ ਮਾਨਯੋਗ CP ਸਾਹਿਬ ਨੂੰ ਭੇਜ ਦਿੱਤੀ ਹੈ। ਉਹ 'ਤੇ ਜੋ ਵੀ ਅੱਗੇ CP ਸਾਹਿਬ ਨੇ ਫੈਸਲਾ ਕਰਨਾ ਉਹ ਕੀ ਕਰਦੇ ਨੇ। ਸਰ, ਲੜਕੀ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਉਹਦਾ ਇਹਨੇ ਕਿਹਾ ਸੀ ਕਿ ਮੇਰੀ ਸੁਣਵਾਈ ਜਿਹੜੀ ਹੈ ਨਹੀਂ ਹੋ ਰਹੀ ਪੁਲਿਸ ਦੇ ਵਿੱਚ, ਅਤੇ ਤੁਹਾਨੂੰ ਇੱਕ ਮੰਗ ਪੱਤਰ, ਕਿਉਂਕਿ ਮੰਗ ਪੱਤਰ ਉਹਨਾਂ ਨੇ ਕਿਹਾ ਸੀ ਵੀ ਸਾਡੀ ਜਿਹੜੀ ਆ ਕਾਰਵਾਈ ਜਿਹੜੀ ਆ ਇਹ ਕੀਤੀ ਜਾਵੇ, ਜਿਸ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਜਿਹੜੀ ਆ ਦੂਜੀ ਪਾਰਟੀ ਦੇ ਜਿਹੜੇ ਕੁਛ ਬਿਆਨ ਦਿੰਦੇ ਸੀ ਉਹ ਵੀ ਲਿਖ ਕੇ ਉਹਨੂੰ ਜਲਦੀ ਤੋਂ ਜਲਦੀ ਕੰਪਲੀਟ ਕਰਕੇ ਭੇਜ ਦਿੱਤਾ ਗਿਆ। ਹੁਣ ਉਸ ਤੋਂ ਅੱਗੇ ਜੋ ਵੀ ਅੱਗੇ ਸੀਨੀਅਰ ਅਫਸਰ ਫੈਸਲਾ ਲੈਣਗੇ ਉਹਦੇ ਮੁਤਾਬਕ ਕਰਨਗੇ। ਲੜਕੀ ਨੂੰ ਇਲਜ਼ਾਮ ਲਗਾਇਆ ਵੀ ਮੈਨਾਂ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਦਾ, ਕਦੀ ਬਾਹਰ ਖੜਦਾ ਉਹ। ਇਹ ਤਾਂ ਐਲੀਗੇਸ਼ਨ ਲਾਏ ਨੇ, ਉਹਨਾਂ ਦਾ ਪੱਖ ਦੋਨੋਂ ਪਾਰਟੀਆਂ ਦੇ ਪੱਖ ਸੁਣ ਕੇ ਜਿਹੜੀ ਰਿਪੋਰਟ ਭੇਜ ਦਿੱਤੀ ਗਈ ਹੈ। ਕੀ ਹੈ ਮੈਟਰ, ਕੀ ਇਹਨਾਂ ਦਾ ਫੈਮਿਲੀ, ਕੀ ਮੈਟਰ, ਪੈਸਿਆਂ ਦਾ ਵੀ ਲੈਣ ਦੇਣ ਜਾਂ ਕੋਈ ਕੀ ਮਸਲਾ ਨਹੀਂ ਸਰ? ਹਾਂ, ਪੈਸੇ ਮੁੰਡੇ ਵਾਲੇ ਕਹਿੰਦੇ ਕਿ ਜਿੰਨਾ ਅਸੀਂ ਇਹਨਾਂ ਕੋਲ ਪੈਸੇ ਲੈਣੇ ਆ ਇਹ ਤਾਂ ਸਾਡੇ ਐਲੀਗੇਸ਼ਨ ਲਾ ਰਹੇ ਆ। ਉਹ ਲੜਕੀ 'ਤੇ ਉਹਨਾਂ ਨੇ ਕੋਈ ਸੰਧੂਰ ਦੀ ਫੋਟੋ ਦਿਖਾਈ ਸੀ ਵੀ ਸੰਧੂਰ ਪਾ ਰਹੇ ਜੀ, ਲੇਕਿਨ ਉਹ ਕਹਿੰਦੇ ਕਿ ਜਗਰਾਤੇ ਦੇ ਉੱਤੇ ਟਿੱਕਾ ਲਾ ਰਹੇ ਆ। ਉਹਨਾਂ ਨੇ ਹੋਰ ਲੇਡੀਜ਼ ਨੂੰ ਵੀ ਜਿਹੜਾ ਟਿੱਕਾ ਲਾਉਂਦੇ ਦੀਆਂ ਫੋਟੋਆਂ ਸੀ, ਇਹ ਸਾਰੀ ਜੋ ਵੀ ਆ ਔਨ ਫਾਈਲ ਰਿਕਾਰਡ ਲਿਆ ਕੇ ਉਹ ਮਾਨਯੋਗ CP ਸਾਹਿਬ ਨੂੰ ਭੇਜ ਦਿੱਤਾ। ਇਨਵੈਸਟੀਗੇਸ਼ਨ ਦੇ ਦੌਰਾਨ ਇੱਕ ਕੀ ਗੱਲ ਸਾਹਮਣੇ ਆਈ ਹੈ, ਕੁਛ ਥੋੜ੍ਹਾ ਬਹੁਤ ਕਲੂ ਕੀ ਜੀ, ਮੇਨ ਜਿਹੜਾ ਇਹਨਾਂ ਦਾ ਮੁੱਦਾ ਹੈਗਾ ਕੀ ਹੈ? ਮੇਨ ਹੈ ਕਿ ਜਿਹੜਾ ਹਰਜੀਤ ਸਿੰਘ ਉਹਦਾ ਲੜਕੀ ਦਾ ਜਿਹੜਾ ਰਿਸ਼ਤੇਦਾਰ ਆ ਜੀ, ਹਰਜੀਤ ਸਿੰਘ ਜਿਹੜਾ ਜੀਜਾ ਵਾ, ਜਿੱਥੇ ਪਹਿਲਾਂ ਵੀ ਕੇਸ ਰਜਿਸਟਰ ਹੋਏ ਨੇ, ਉਹਦਾ ਕੋਈ ਪੈਸਿਆਂ ਦਾ ਲੈਣ ਦੇਣ ਆ, ਉਹ ਕੋਰਟ ਕੇਸ ਚੱਲਦਾ। ਕਿਉਂਕਿ ਹੁਣ ਜਦੋਂ ਉਹਨਾਂ ਨੇ ਪੈਸੇ ਮੰਗੇ, ਉਹਨਾਂ ਨੇ ਚੈੱਕ ਲਾਏ ਨੇ, ਹੁਣ ਉਹਨਾਂ ਨੇ ਇਸ ਗੱਲ ਦੀ ਆੜ ਦੇ ਵਿੱਚ ਜਿਹੜਾ ਉਹਨੂੰ ਬਲੈਕਮੇਲਿੰਗ ਦੀ ਕੋਸ਼ਿਸ਼ ਕੀਤੀ ਆ। ਪਹਿਲਾਂ ਹੋਰ ਬੰਦੇ ਆਏ ਸੀ, ਜਦੋਂ ਉਹਨਾਂ ਨੂੰ ਸੱਚਾਈ ਪਤਾ ਲੱਗਾ ਉਹ ਪਿੱਛੇ ਹਟ ਗਏ, ਫਿਰ ਹੋਰ ਹੁਣ ਲੈ ਕੇ ਚੱਲ ਰਹੇ ਨੇ। ਔਨ ਰਿਕਾਰਡ ਜੋ ਸੱਚਾਈ ਆ ਉਹਦੇ ਮੁਤਾਬਕ ਰਿਪੋਰਟ ਭੇਜ ਦਿੱਤੀ।